ਬਹੁਤ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਸਾਰੇ ਪੰਜਾਬ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ। ਸਰਕਾਰ ਨਾਲ ਸੰਬੰਧਿਤ ਕੁਛ ਬੰਦੇ ਜਿਹੜੇ ਆ ਇਸ ਕੰਮ ਦੇ ਵਿੱਚ ਇਨਵੋਲਵ ਹੋਏ ਆ। ਪੁਲਿਸ ਪ੍ਰਸ਼ਾਸਨ ਦੇ ਰਾਹੀਂ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਆ ਕੇਵਲ ਟੀਵੀਆਂ ਦੇ ਉੱਤੇ। ਜਿਹੜਾ 2 ਪੈਸੇ ਇਸ ਧੰਦੇ ਦੇ ਵਿੱਚੋਂ ਬੰਦਾ ਕਮਾਉਂਦਾ ਅਤੇ ਉਹਦੇ ਘਰ ਪਰਿਵਾਰ ਦੀ ਰੋਜ਼ੀ ਰੋਟੀ ਚੱਲਦੀ ਆ, ਉਹਦੇ ਕੋਲੋਂ ਉਹਦਾ ਰੁਜ਼ਗਾਰ ਖੋਇਆ ਜਾ ਰਿਹਾ। ਸਰਕਾਰ ਦੇ ਅਦਾਰੇ ਦੇ ਬੰਦੇ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਧੱਕੇ ਨਾਲ ਕੈਪਚਰ ਕਰਨਾ ਚਾਹੁੰਦੇ ਆ ਇਹ ਨੈੱਟਵਰਕ ਜਿਹੜੇ ਕੇਬਲ ਵਾਲੇ। ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਕਿ ਕੇਬਲ TV ਅੱਜ ਉਹੋ ਜਿਹਾ ਲਾਹੇਵੰਦ ਧੰਦਾ ਨਹੀਂ ਰਿਹਾ ਜਿਹੜਾ ਅੱਜ ਤੋਂ 10-20 ਸਾਲ ਪਹਿਲਾਂ ਸੀ। ਬਿਹਤਰ ਇਹ ਆ, ਬੇਨਤੀ ਵੀ ਧੱਕਾ ਨਾ ਕਰੋ ਪੰਜਾਬ ਦੇ ਲੋਕਾਂ ਨੂੰ, ਜੋ ਉਹਨਾਂ ਦਾ ਦਿਲ ਕਰਦਾ ਦੇਖਣ ਨੂੰ ਉਹ ਦੇਖਣ ਦਿਓ, ਧੱਕੇ ਨਾਲ ਦਿਖਾਉਣ ਵਾਲੀ ਗੱਲ ਨਾ ਕਰੋ। ਕਾਰੋਬਾਰ ਨਾ ਖੋਏ ਜਾਣ, ਨਾ ਝੂਠੇ ਪਰਚੇ ਦਰਜ ਕੀਤੇ ਜਾਣ। ਕੇਬਲ ਆਪਰੇਟਰ ਨੂੰ ਲਗਾਤਾਰ ਪਰੇਸ਼ਾਨੀ ਝੇਲਣੀ ਪੈ ਰਹੀ ਹੈਗੀ ਆ, ਪਰਚੇ ਵੀ ਹੋ ਰਹੇ ਨੇ, ਕੀ ਮਾਮਲਾ ਸਰ? ਮਾਮਲਾ ਤਾਂ ਬੜਾ ਮੰਦਭਾਗਾ ਜੀ। ਸਰਕਾਰ ਰੱਬ ਦਾ ਰੂਪ ਹੁੰਦੀ ਆ ਧਰਤੀ ਦੇ ਉੱਤੇ, ਅਤੇ ਜਿਹੜੀ ਪਬਲਿਕ ਹੁੰਦੀ ਆ ਉਹ ਇੱਕ ਉਮੀਦ ਦੇ ਨਾਲ ਸਰਕਾਰ ਵੱਲ ਦੇਖਦੀ ਹੈ। ਅੱਜ ਕੇਬਲ ਆਪਰੇਟਰ ਜਿਹੜੇ ਛੋਟੇ ਅਦਾਰੇ ਆ, ਛੋਟੇ ਬਿਜ਼ਨਸਮੈਨ ਆ, ਉਹ ਆਪਦੇ ਕਾਰੋਬਾਰ ਚਲਾਉਂਦੇ ਆ ਕੇਬਲ TV ਦੇ, ਜਿਨ੍ਹਾਂ ਨੂੰ 35-35 ਸਾਲ ਹੋ ਗਏ ਕੇਬਲ ਚਲਾਉਂਦਿਆਂ ਨੂੰ। 35 ਸਾਲਾਂ ਦੇ ਵਿੱਚ ਤਾਂ ਤੁਸੀਂ ਸਮਝ ਲਓ ਵੀ ਬੰਦਾ ਕਿਤੇ ਉਹਦੀ ਕਿਤੇ ਪਹੁੰਚ ਜਾਂਦਾ, ਬਹੁਤ ਵੱਡੇ ਵੱਡੇ ਰੁਤਬੇ ਲੋਕ ਹਾਸਲ ਕਰ ਲੈਂਦੇ ਆ, ਬਹੁਤ ਕਾਮਯਾਬੀਆਂ ਸ਼ੋਅ ਲੈਂਦੇ ਆ, ਪਰ ਇਹ ਕੇਬਲ ਆਪਰੇਟਰ ਭਰਾ ਜਿਹੜੇ ਆ ਉਹ ਅੱਜ ਵੀ ਹੈਂਡ ਟੂ ਮਾਊਥ ਹੀ 35 ਸਾਲਾਂ ਦਾ ਇਹ ਤੁਰੇ ਫਿਰਦੇ ਆ। ਜੇ ਕਿਸੇ ਨੇ ਮਾੜਾ ਮੋਟਾ ਬਣਾ ਵੀ ਲਿਆ, ਜਿਹਨੇ ਵੱਧ ਮਿਹਨਤ ਕਰ ਲਈ, ਵੱਧ ਕੋਸ਼ਿਸ਼ ਕਰ ਲਈ, ਉਹਦਾ ਵੱਧ ਵੀ ਗਿਆ ਤਾਂ ਕੋਈ ਗੁਨਾਹ ਤਾਂ ਕਰ ਨਹੀਂ ਰਿਹਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਦਾ ਕਾਰੋਬਾਰ ਕੀਤਾ ਅਤੇ ਆਪਦਾ ਵਧੇ ਫੁੱਲੇ। ਅੱਜ ਬਹੁਤ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਸਾਰੇ ਪੰਜਾਬ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ। ਸਰਕਾਰ ਨਾਲ ਸੰਬੰਧਿਤ ਕੁਛ ਬੰਦੇ ਜਿਹੜੇ ਆ ਇਸ ਕੰਮ ਦੇ ਵਿੱਚ ਇਨਵੋਲਵ ਹੋਏ ਆ। ਪੁਲਿਸ ਪ੍ਰਸ਼ਾਸਨ ਦੇ ਰਾਹੀਂ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਆ ਕੇਵਲ TV ਦੇ ਉੱਤੇ, ਧੱਕੇ ਦੇ ਨਾਲ ਨਜਾਇਜ਼ ਅਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਕੇਬਲ ਆਪਰੇਟਰਾਂ ਦੇ ਉੱਤੇ, ਇੰਪਲਾਈਆਂ ਦੇ ਉੱਤੇ, ਅਤੇ ਕੇਬਲ TV ਦੇ ਮਾਲਕਾਂ ਦੇ ਉੱਤੇ ਝੂਠੇ ਪਰਚੇ ਜਿਹੜੇ ਆ ਉਹ ਦਰਜ ਕੀਤੇ ਜਾ ਰਹੇ ਆ। ਜਿਹੜਾ ਇੱਕ ਮਿਹਨਤਕਸ਼ ਬੰਦਾ 15-20 ਹਜ਼ਾਰ, 30 ਹਜ਼ਾਰ, 50 ਹਜ਼ਾਰ ਆਪਦੇ ਕਨੈਕਸ਼ਨਾਂ ਦੇ ਹਿਸਾਬ ਨਾਲ ਜਿਹੜਾ 2 ਪੈਸੇ ਇਸ ਧੰਦੇ ਦੇ ਵਿੱਚੋਂ ਬੰਦਾ ਕਮਾਉਂਦਾ ਅਤੇ ਉਹਦੇ ਘਰ ਪਰਿਵਾਰ ਦੀ ਰੋਜ਼ੀ ਰੋਟੀ ਚੱਲਦੀ ਆ, ਉਹਦੇ ਕੋਲੋਂ ਉਹਦਾ ਰੁਜ਼ਗਾਰ ਖੋਇਆ ਜਾ ਰਿਹਾ। ਨੈਕਸਟ ਕੇਬਲ ਅਤੇ ਸਰਕਾਰ ਦੇ ਅਦਾਰੇ ਦੇ ਬੰਦੇ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਧੱਕੇ ਨਾਲ ਕੈਪਚਰ ਕਰਨਾ ਚਾਹੁੰਦੇ ਆ ਇਹ ਨੈੱਟਵਰਕ ਜਿਹੜੇ ਕੇਬਲ ਵਾਲੇ। ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਕਿ ਕੇਬਲ TV ਅੱਜ ਉਹੋ ਜਿਹਾ ਲਾਹੇਵੰਦ ਧੰਦਾ ਨਹੀਂ ਰਿਹਾ ਜਿਹੜਾ ਅੱਜ ਤੋਂ 10-20 ਸਾਲ ਪਹਿਲਾਂ ਸੀ। ਕੇਬਲ ਆਪਰੇਟਰ ਤਾਂ ਪਹਿਲਾਂ ਹੀ ਬਹੁਤ ਫਾਇਦਾ ਪਾ, ਕਿਉਂਕਿ ਕੇਬਲ ਕਨੈਕਸ਼ਨ ਹਰ ਰੋਜ਼ ਕੱਟੀ ਦਾ ਜਾ ਰਿਹਾ। OTT ਲੋਕ ਜਾਈ ਜਾਂਦੇ ਆ, Jio ਦੇ ਉੱਤੇ ਜਾਈ ਜਾਂਦੇ ਆ, Airtel ਦੇ ਉੱਤੇ ਜਾਈ ਜਾਂਦੇ ਆ। ਜਿਹੜਾ ਨੈਕਸਟ ਵਾਲਿਆਂ ਦਾ ਹਿਟਸ ਮਾਡਲ ਆ, ਜਿਹੜਾ ਇਹ ਨੈਕਸਟ ਵਾਲਿਆਂ ਦੀ ਜਿਹੜਾ ਮਾਡਲ ਆ, ਇਹ ਕੇਬਲ ਆਪਰੇਟਰ ਵਾਸਤੇ ਮਾਡਲ ਬਣਿਆ ਸੀ। ਇਹ ਜੇ ਦੇਖਿਆ ਜਾਵੇ ਤਾਂ ਇਹ ਸਾਰੇ ਹਿੰਦੁਸਤਾਨ ਦੇ ਉੱਤੇ ਕਿਤੇ ਵੀ ਸਕਸੈਸਫੁਲ ਮਾਡਲ ਸਾਬਤ ਨਹੀਂ ਹੋਇਆ, ਕਿਉਂਕਿ
ਇਹ ਉਹ ਕੁਆਲਿਟੀ ਨਹੀਂ ਦੇ ਪਾ ਰਿਹਾ ਜਿਹੜੀ ਕੁਆਲਿਟੀ ਅੱਜ ਕਸਟਮਰ ਨੂੰ ਡੀ ਟੀ ਐੱਚ ਦਿੰਦਾ, ਜਿਹੜੀ ਕੁਆਲਿਟੀ ਅੱਜ ਕਸਟਮਰ ਨੂੰ ਵਾਇਰਲੈੱਸ ਜਾਂ ਵਾਇਰ ਵਾਲਾ ਇੰਟਰਨੈੱਟ ਵਾਲਾ ਸਿਗਨਲ ਦਿੰਦਾ, ਉਸ ਲੈਵਲ ਦੀ ਜਿਹੜੀ ਆ ਕੁਆਲਿਟੀ ਡਿਜੀਟਲ ਜਿਹੜੀ ਉਹ ਕੁਆਲਿਟੀ ਨੈਕਸਟ ਜਿਹੜੀ ਆ ਉਹ ਦੇ ਨਹੀਂ ਪਾ ਰਿਹਾ, ਐੱਚ ਡੀ ਕੁਆਲਿਟੀ ਜਿਹਨੂੰ ਕਹਿ ਲੈਂਦੇ ਹਾਂ ਆਪਾਂ। ਗੱਲ ਧੱਕੇ ਨਾਲ ਕਬਜ਼ਾ ਕਰਨ ਦੀ ਮਾੜੀ, ਹਾਂ ਬਹੁਤ ਚੰਗਾ ਜਿਹਨੂੰ ਲੱਗਦਾ ਹੈ ਕਿ ਨੈਕਸਟ ਚੰਗਾ ਵਾ, ਤੁਸੀਂ ਲਾਓ ਇੱਕ ਹੈਲਦੀ ਕੰਪੀਟੀਸ਼ਨ ਕਰੋ। ਜੇ ਦਰਸ਼ਕ ਨੂੰ ਚੰਗਾ ਲੱਗਦਾ ਦਰਸ਼ਕ ਉਹ ਲੈ ਲਵੇ, ਜੇ ਕੇਬਲ ਪੇਟਰ ਨੂੰ ਚੰਗਾ ਲੱਗਦਾ ਕੇਬਲ ਪੇਟਰ ਉਹ ਲਾ ਲਵੇ, ਜੇ ਉਹ ਕੇਬਲ ਪੇਟਰ ਨੂੰ ਪਤਾ ਹੈ ਕਿ ਮਾਡਲ ਪ੍ਰੋਫਿਟੇਬਲ ਨਹੀਂ ਹੈ ਅਤੇ ਦਰਸ਼ਕ ਨੂੰ ਪਤਾ ਹੈ ਕਿ ਇਹ ਕੁਆਲਿਟੀ ਇਸ ਦੀ ਜਿਹੜੀ ਆ ਉਹ ਠੀਕ ਨਹੀਂ ਹੈ, ਅਤੇ ਤੁਸੀਂ ਧੱਕੇ ਨਾ ਕਹੋ ਵੀ ਤੈਨੂੰ ਗੁੜ ਖਾਣਾ ਪੈਣਾ ਅਤੇ ਡੰਡੇ ਨਾਲ ਕੁੱਟੂ ਰੱਜ ਕੇ ਖਾ, ਕਿਵੇਂ ਖਵਾ ਲਉਂਗੇ ਅਤੇ ਇੰਨੇ ਪੈਸੇ ਵੀ ਦੇ ਗੁੜ ਦੇ, ਲੋੜ ਅਗਲੇ ਨੂੰ ਗੁੜ ਦੀ ਹੋਵੇ ਨਾ, ਤੁਸੀਂ ਡੰਡੇ ਨਾਲ ਕੁੱਟ ਕੇ ਉਹਨੂੰ ਗੁੜ ਕਿੰਨਾ ਕੁ ਖਵਾ ਲਉਂਗੇ। ਬੇਨਤੀ ਇਹ ਆ ਕਿ ਜਦੋਂ ਕਿਸੇ ਮਜ਼ਲੂਮ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਉਹਨੇ ਪੁਲਿਸ ਪ੍ਰਸ਼ਾਸਨ ਵੱਲ ਨੂੰ ਭੱਜਣਾ, ਉਹਨੇ ਸਰਕਾਰੀ ਦਰਬਾਰੇ ਭੱਜਣਾ, ਅਤੇ ਜੇ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਹੀ ਦੂਜੇ ਪਾਸੇ ਖੜ ਕੇ ਕੀ ਕਿੱਥੇ ਜਾਊ ਬੰਦਾ ਮਾਰੀ। ਹਾਂਜੀ ਕੀ ਮੰਗ ਕਰਦੇ ਹੋ ਤੁਸੀਂ? ਮੰਗ ਤਾਂ ਇਹ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਧੱਕਾ ਹੋ ਰਿਹਾ ਇਹ ਬੰਦ ਕੀਤਾ ਜਾਵੇ। ਕੋਈ ਜ਼ੋਰ ਤਾਂ ਹੈ ਨਹੀਂ ਸਰਕਾਰਾਂ, ਸਰਕਾਰਾਂ ਦੇ ਅੱਗੇ ਕਾਹਦਾ ਜ਼ੋਰ ਆ, ਕੋਈ ਜ਼ੋਰ ਨਹੀਂ। ਬੇਨਤੀ ਇੰਨੀ ਆ ਵੀ ਵੇਖੋ, ਚਿੜੀ ਇੱਕ ਛੋਟਾ ਜਿਹਾ ਜਾਨਵਰ ਹੁੰਦਾ, ਛੋਟਾ ਜਿਹਾ, ਉਹਦੇ ਆਂਡੇ ਵੀ ਕੋਈ ਕਾਂ ਪੀਣ ਲੱਗ ਜਾਏ ਨਾ, ਚਿੜੀ ਕਾਂ ਦੇ ਮਗਰ ਪੈ ਜਾਂਦੀ ਹੈ। ਹਾਲਾਂਕਿ ਉਹਨੂੰ ਪਤਾ ਹੁੰਦਾ ਵੀ ਇਹ ਕਾਂ ਮੇਰੇ ਖੰਭ ਜੇ ਖੋਦੂਗਾ ਮੈਨੂੰ ਵੀ ਮਾਰ ਦੂਗਾ, ਪਰ ਉਹ ਆਪਦੇ ਆਂਡੇ ਬਚਾਉਣ ਵਾਸਤੇ ਇੱਕ ਵਾਰੀ ਤਾਂ ਚਿੰਬੜ ਜਾਂਦੀ ਹੈ ਕਾਂ ਨੂੰ। ਜੇ ਨਾ ਭਾਈ ਸਾਨੂੰ ਕੋਈ ਹੱਥ ਬੰਨ ਕੇ ਬੇਨਤੀ ਕੀਤੇ ਅਤੇ ਨਾ ਇਹ ਰੁਕੀ ਕਾਰਵਾਈ, ਤਾਂ ਫਿਰ ਸਾਨੂੰ ਕੁਛ ਤਾਂ ਕਰਨਾ ਪਊ, ਚਾਹੇ ਅਸੀਂ ਇਕੱਠੇ ਹੋ ਕੇ ਕੋਈ ਆਪਦਾ ਬੰਦ ਹੀ ਕਰ ਦਈਏ ਸਾਰੇ ਪੰਜਾਬ ਦੇ ਵਿੱਚ ਕੇਬਲ ਨੂੰ, ਚਾਹੇ ਅਸੀਂ ਇਕੱਠੇ ਹੋ ਕੇ ਕੋਈ ਧਰਨਾ ਹੀ ਮੁਜ਼ਾਹਰਾ ਹੀ ਕਰ ਲਈਏ, ਚਾਹੇ ਅਸੀਂ ਬਾਕੀ ਸੰਸਥਾਵਾਂ, ਚਾਹੇ ਉਹ ਇੰਟਕ ਆ ਜਿਹੜੀ ਕਿਰਤੀ ਕਿਸਾਨ ਕਿਰਤੀਆਂ ਦੀ ਜਿਹੜੀ ਜਥੇਬੰਦੀ ਆ, ਚਾਹੇ ਇੰਟਕ ਨੂੰ ਬੇਨਤੀ ਕਰੀਏ, ਚਾਹੇ ਅਸੀਂ ਜਾ ਕੇ ਕਿਸਾਨ ਯੂਨੀਅਨਾਂ ਨੂੰ ਬੇਨਤੀ ਕਰੀਏ, ਅਸੀਂ ਸਾਰਿਆਂ ਦੇ ਕੋਲ ਜਾ ਕੇ ਝੋਲੀ ਅੱਡਾਂਗੇ ਯਾਰ, ਉਹ ਸਾਡੇ ਨਾਲ ਧੱਕਾ ਹੋਈ ਜਾਂਦਾ, ਸਾਡੇ ਨਾਲ ਧੱਕਾ ਹੋਈ ਜਾਂਦਾ, ਸਾਡੀ ਮਦਦ ਕਰੋ, ਸਾਨੂੰ ਧਰਨੇ ਵੀ ਲਾਉਣੇ ਪੈਣਗੇ, ਸਾਨੂੰ ਸਭ ਕੁਝ ਕਰਨਾ ਪਊ, ਕੋਰਟ ਕਚਹਿਰੀ ਵੀ ਕਰਨੀ ਪਊ। ਬਿਹਤਰ ਇਹ ਆ ਬੇਨਤੀ ਵੀ ਧੱਕਾ ਨਾ ਕਰੋ ਪੰਜਾਬ ਦੇ ਲੋਕਾਂ ਨੂੰ, ਜੋ ਉਹਨਾਂ ਦਾ ਦਿਲ ਕਰਦਾ ਦੇਖਣ ਨੂੰ ਉਹ ਦੇਖਣ ਦਿਓ, ਧੱਕੇ ਨਾਲ ਦਿਖਾਉਣ ਵਾਲੀ ਗੱਲ ਨਾ ਕਰੋ, ਕਾਰੋਬਾਰ ਨਾ ਖੋਏ ਜਾਣ, ਨਾ ਝੂਠੇ ਪਰਚੇ ਦਰਜ ਕੀਤੇ ਜਾਣ। ਇੰਨੀ ਗੁਜ਼ਾਰਿਸ਼ ਆ ਸਰਕਾਰ ਦੇ ਅੱਗੇ ਵੀ ਅਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ, ਅਤੇ ਜਿਹੜੇ ਮੇਰੇ ਵੀਰ ਇਸ ਕੰਮ ਦੇ ਉੱਤੇ ਲੱਗੇ ਹੋਏ ਆ, ਉਹ ਭਰਾਵੋ ਆਪਦੇ 'ਤੇ ਸੋਚ ਕੇ ਵੇਖੋ, ਜੇ ਤੁਹਾਡੇ ਨਾਲ ਕੋਈ ਐਵੇਂ ਕਰੇ ਤਾਂ ਫਿਰ ਕਿਵੇਂ ਦਿਲ ਦੇ ਉੱਤੇ ਬੀਤਦੀ ਹੈ। ਪ੍ਰਧਾਨ ਜੀ ਕੀ ਲੱਗਦਾ ਫਾਸਟੈਗ ਦੀਆਂ ਕਈ ਜਗ੍ਹਾ ਤਾਰਾਂ ਵੀ ਵੱਢੀਆਂ ਗਈਆਂ ਅਤੇ ਉਲਟਾ ਉਹਨਾਂ ਦੇ ਪਰਚੇ ਦਿੱਤੇ ਜਾਈਏ, ਇਹੀ ਲੱਗ ਰਿਹਾ ਤੁਹਾਨੂੰ ਸਰਕਾਰਾਂ? ਇਹੀ ਤਾਂ ਮੈਂ ਬੇਨਤੀ ਕਰ ਰਿਹਾ, ਸਾਰੀ ਗੱਲ ਦਾ ਨਿਚੋੜ ਹੀ ਇਹ ਆ ਵੀ ਜੇ ਹੁਣ ਬੰਦੇ ਦੀਆਂ ਤਾਰਾਂ ਤੁਸੀਂ ਵੱਢ ਕੇ ਧੱਕੇ ਨਾਲ ਉਹਨੂੰ ਜੋੜਨ ਲੱਗ ਜਾਂਦੇ ਆ, ਉਹ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਤਾਂ ਅੱਗਾਂ ਉਹ ਪਰਚਾ ਉਹਦੇ 'ਤੇ ਹੀ ਦਰਜ ਹੋ ਜਾਂਦਾ, ਵੀ ਜਾਵੇ ਕਿਤੇ? ਇਹੀ ਤਾਂ ਦੁੱਖੜਾ ਤਾਂ ਇਹੀ ਰੋਂਦੇ, ਇਹੀ ਤਾਂ ਮਿਹਨਤ ਮਸਾਜਤ ਕਰਦੇ ਹਾਂ, ਸੀ ਐੱਮ ਸਾਹਿਬ ਕੋਲ ਬੇਨਤੀ ਕਰਦੇ ਹਾਂ, ਮਿਹਨਤ ਕਰਦੇ ਹਾਂ ਵੀ ਰਹਿਮ ਕਰੋ ਜੀ ਸਾਡੇ ਦੇ ਉੱਤੇ, ਕਿਰਪਾ ਕਰੋ, ਤੁਹਾਡੇ ਹੀ ਹਾਂ ਅਸੀਂ ਵੀ, ਇਸੇ ਪੰਜਾਬ ਦੇ ਹੀ ਵਸ਼ਿੰਦੇ ਹਾਂ।